ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰਾਜਕੁਮਾਰ ਹਨੇਰਾ ਹਾਜ਼ਰ ਹਾਂ ਤੁਹਾਡਾ ਮਨਪਸੰਦ ਪ੍ਰੋਗਰਾਮ ਲੈ ਕੇ। ਆਪਾਂ ਬਾਹਰ ਕਿਵੇਂ ਜਾਈਏ, ਸੋ ਤੁਹਾਨੂੰ ਪਤਾ ਹੀ ਹੈ ਮੈਂ ਪ੍ਰੋਗਰਾਮ ਸ਼ੁਰੂ ਕਿੱਦਾਂ ਕਿੱਦਾਂ। ਬਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਸਲੇਡਾ। ਲੋਕ ਮੈਨੂੰ ਫੋਨ ਕਰਕੇ ਪੁੱਛਦੇ ਆ ਵੀ ਕਿਵੇਂ ਜਾਈਏ ਕੈਨੇਡਾ। ਵੀ ਮੈਂ ਤੁਹਾਨੂੰ ਕੀ ਦੱਸਾਂ, ਮੈਂ ਤਾਂ ਇੱਕ ਦੂਰਦਰਸ਼ਨ ਦਾ ਬੰਦਾ ਐਂਕਰ ਹੈ, ਮੈਨੂੰ ਕੈਨੇਡਾ ਬਾਰੇ ਕੀ ਪਤਾ ਬਾਬਾ ਕੈਨੇਡਾ ਕਿੱਦਾਂ ਜਾਣਾ। ਇਹਦੇ ਬਾਰੇ ਅਸੀਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਸੀ ਵਿਨੇ ਹੈਰੀ ਜੀ ਨੂੰ, ਅਤੇ ਵਿਨੇ ਹੈਰੀ ਜੀ ਬਹੁਤ ਮਸਰੂਫ ਨੇ ਅੱਜ ਕੱਲ੍ਹ, ਬਹੁਤ ਟੂਰ ਲਾ ਰਹੇ ਨੇ, ਕਿਤੇ ਕਾਨਫਰੰਸ ਹੋ ਰਹੀ ਆ, ਕਿਤੇ ਉਹਨਾਂ ਕੁਛ ਹੋ ਰਿਹਾ, ਸੋ ਕਿਤੇ ਉਹਨਾਂ ਨੇ ਮਤਲਬ ਜਾ ਕੇ ਮੀਟਿੰਗਾਂ ਕਰਨੀਆਂ ਹੁੰਦੀਆਂ ਨੇ। ਸੋ ਆਪਾਂ ਵੀ ਬੜੇ ਢੀਠ ਹਾਂ ਜੀ, ਕਿਉਂਕਿ ਛੱਡਣਾ ਹੈ ਨਹੀਂ ਅਸੀਂ ਇਹਨਾਂ ਨੂੰ, ਕਿਉਂਕਿ ਜਿਸ ਬੰਦੇ ਕੋਲ ਚੰਗੀਆਂ ਗੱਲਾਂ ਮਿਲਦੀਆਂ ਨੇ ਉਹਦੇ ਕੋਲ ਸਾਨੂੰ ਆਪ ਚੱਲ ਕੇ ਵੀ ਜਾਣਾ ਪੈਂਦਾ। ਕਹਿੰਦੇ ਨੇ ਸਿਆਣਾ ਜਿਹੜਾ ਨਾ, ਸਿਆਣੇ ਕਹਿੰਦੇ ਨੇ ਕਿ ਪਿਆਸਾ ਖੂਹ ਦੇ ਕੋਲ ਜਾਂਦਾ। ਸੋ ਅੱਜ ਅਸੀਂ ਖੂਹ ਦੇ ਕੋਲ ਚੱਲ ਕੇ ਆ ਗਏ ਹਾਂ। ਵਿਨੇ ਹੈਰੀ ਜੀ ਨੂੰ ਅਸੀਂ ਦਫ਼ਤਰ ਦੇ ਵਿੱਚ ਘੇਰ ਲਿਆ, ਅੱਜ ਆਪਾਂ ਇਹਨਾਂ ਦਫ਼ਤਰ ਵਿੱਚ ਇੱਕ ਚਿਹਰੀ ਲਾ ਲਈ ਆ, ਤੁਹਾਡੇ ਸਵਾਲ ਅਤੇ ਇਹਨਾਂ ਦੇ ਜਵਾਬ, ਅਤੇ ਮੈਂ ਵਿੱਚ ਤੁਹਾਡਾ ਵਕੀਲ। ਸੋ ਆਪਣੇ ਵਿਨੇ ਹੈਰੀ ਜੀ, ਮੇਰਾ ਬਹੁਤ ਸਵਾਗਤ ਆ ਤੁਹਾਡੇ ਦਫ਼ਤਰ ਦੇ ਵਿੱਚ, ਕਿਉਂਕਿ ਅੱਜ ਮੈਂ ਤੁਹਾਡੇ ਦਫ਼ਤਰ 'ਚ ਆਇਆ। ਸਵਾਗਤ ਤੁਸੀਂ ਮੇਰਾ ਕਰੋਗੇ, ਅਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਟਾਈਮ ਦੇ ਦਿੱਤਾ, ਦਫ਼ਤਰ 'ਚੋਂ ਕਿਤੇ ਚੋਰੀ ਨਿਕਲ ਨਹੀਂ ਗਏ। ਸੋ ਅੱਜ ਤੁਹਾਨੂੰ ਅਸੀਂ ਫੜ ਲਿਆ। ਸੋ ਆਪਣੇ ਉਹੀ ਸਵਾਲ ਨੇ ਜੀ ਆਪਣੇ ਦੋਸਤਾਂ ਦੇ ਕਿ ਕੈਨੇਡਾ ਜਾਣਾ, ਕੈਨੇਡਾ ਜਾਣਾ, ਕੈਨੇਡਾ ਜਾਣਾ। ਕੈਨੇਡਾ ਇੱਦਾਂ ਤੁਰੇ ਨੇ ਵੀ ਜਿੱਦਾਂ ਫੁਗਾੜੇ ਨੂੰ ਜਾਣਾ ਹੁੰਦਾ, ਵੀ ਹੈਗਾ ਬੜਾ ਮੁਸ਼ਕਲ ਆ। ਇਹਨਾਂ ਦੇ ਮਨ 'ਚ ਕਈ ਭੁਲੇਖੇ ਵੀ ਨੇ, ਕਈ ਉਹਨਾਂ ਏਜੰਟ ਇਹੋ ਜਿਹੇ ਮਿਲਦੇ ਨੇ ਜਿਹੜੇ ਚੱਕਰਾਂ 'ਚ ਪਾ ਕੇ ਠੱਗਦੇ ਰਹਿੰਦੇ ਨੇ। ਸੋ ਤੁਹਾਡੇ ਕੋਲੋਂ ਅਸੀਂ ਇਹ ਪੁੱਛਾਂਗੇ ਕਿ ਜਨਾਬ ਸਾਨੂੰ ਸਿੱਧਾ ਸਿੱਧਾ ਰਾਹ ਦੱਸੋ ਕਿੱਦਾਂ ਆਪਾਂ ਕੈਨੇਡਾ ਪਹੁੰਚ ਸਕਦੇ। ਸਿੱਧਾ ਸਿੱਧਾ ਰਾਹ ਇਹ ਹੈ ਕਿ ਕੈਨੇਡਾ ਜਾਣਾ ਤਾਂ ਵੀਜ਼ਾ ਲੈ ਕੇ ਜਾਈਏ, ਇੱਜ਼ਤ ਨਾਲ ਜਾਈਏ, ਲੀਗਲ ਤਰੀਕੇ ਨਾਲ ਜਾਈਏ, ਸਟੂਡੈਂਟ ਵੀਜ਼ਾ ਲੈ ਕੇ ਜਾਈਏ। ਅਕਸਰ ਬੱਚੇ ਜਦੋਂ ਵੀਜ਼ੇ ਅਪਲਾਈ ਕਰਦੇ ਆ ਤਾਂ ਸਾਰਿਆਂ ਦੇ ਵੀਜ਼ੇ ਲੱਗਦੇ ਨਹੀਂ, ਵੀਜ਼ੇ ਰਿਫਿਊਜ਼ ਵੀ ਹੁੰਦੇ ਆ। ਜਦੋਂ ਬੱਚੇ ਦਾ ਵੀਜ਼ਾ ਰਿਫਿਊਜ਼ ਹੁੰਦਾ ਤਾਂ 2 ਤੋਂ 2.5 ਲੱਖ ਰੁਪਈਆ ਨੁਕਸਾਨ ਹੁੰਦਾ। ਅੱਜ 5-10 ਹਜ਼ਾਰ ਰੁਪਈਆ ਕਮਾਉਣਾ ਬਹੁਤ ਔਖਾ ਹੋਇਆ। ਜਿਹੜਾ ਬੱਚਾ 5-10 ਹਜ਼ਾਰ ਰੁਪਇਆ ਨਹੀਂ ਇੱਥੇ ਕਮਾ ਪਾਉਂਦਾ, ਉਹਦਾ 2-2.5 ਲੱਖ ਰੁਪਇਆ ਨੁਕਸਾਨ ਹੁੰਦਾ ਜਦੋਂ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੁੰਦਾ। ਜੀ, ਕੈਨੇਡਾ ਨੇ ਸਤੰਬਰ ਸੈਸ਼ਨ 'ਚ ਬੜੇ ਵਧੀਆ ਵੀਜ਼ੇ ਦਿੱਤੇ ਸੀ, ਜਨਵਰੀ ਸੈਸ਼ਨ 'ਚ ਬੜਾ ਹੀ ਮਾੜਾ ਰਿਜ਼ਲਟ ਰਿਹਾ ਵਾ। ਓਵਰਆਲ ਲੈ ਕੇ ਦੇਖੀਏ ਤਾਂ 30-35% ਲੋਕਾਂ ਦੇ ਵੀਜ਼ੇ ਲੱਗੇ ਆ, 70% ਦੇ ਕਰੀਬ ਵੀਜ਼ਾ ਰਿਫਿਊਜ਼ ਹੋਇਆ। ਜਦੋਂ ਵੀਜ਼ਾ ਰਿਫਿਊਜ਼ ਹੁੰਦਾ ਵਾ ਤਾਂ ਬੱਚੇ ਦੇ ਪੈਸੇ ਖਰਾਬ ਹੁੰਦੇ ਆ। ਕਿੱਦਾਂ ਚੱਲਦਾ ਕੈਨੇਡਾ ਵੀਜ਼ਾ ਕਾਰੋਬਾਰ? ਬੱਚਾ ਜਾਂਦਾ ਏਜੰਟ ਦੇ ਕੋਲ, ਜੀ ਏਜੰਟ ਹੋਣੀ ਰੁਪਈਆ ਲੈਂਦੇ ਆ 20,000-25,000 ਆਫਰ ਲੈਟਰ ਦੀ ਫੀਸ, ਅਤੇ $100-200 ਐਪਲੀਕੇਸ਼ਨ ਫੀਸ। ਜੀ, ਆਫਰ ਲੈਟਰ ਆਉਂਦਾ ਵਾ, ਬੱਚੇ ਦਾ 12-15 ਲੱਖ ਰੁਪਈਆ ਫੀਸ ਜਾਂਦੀ ਹੈ। ਬੱਚਾ 10,000 ਰੁਪਇਆ ਅੰਬੈਸੀ ਫੀਸ ਦੇ ਕੇ ਤਾਂ ਕੇਸ ਅਪਲਾਈ ਕਰ ਲੈਂਦਾ, ਅਤੇ 70% ਲੋਕਾਂ ਦੇ ਵੀਜ਼ੇ ਲੱਗੇ ਨਹੀਂ ਤਾਂ ਘੱਟੋ ਘੱਟ ਵੀ 1-1.5 ਲੱਖ 2 ਲੱਖ ਰੁਪਈਆ ਬੱਚੇ ਦਾ ਖਰਾਬ ਹੋ ਜਾਂਦਾ ਜਿਹਦਾ ਵੀਜ਼ਾ ਰਿਫਿਊਜ਼ ਹੁੰਦਾ। ਇਸੇ ਚੀਜ਼ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਅਸੀਂ ਨਵੇਂ ਸਾਲ ਦਾ ਰੈਜੋਲੂਸ਼ਨ ਲੈ ਕੇ ਆਏ ਹਾਂ ਕਿ ਸਾਲ 2017 ਦੇ ਵਿੱਚ ਬੱਚਿਆਂ ਨੂੰ ਵਧੀਆ ਸਰਵਿਸ ਦੇਵਾਂਗੇ। ਸਰਵਿਸ ਕਿੱਦਾਂ ਦੇਵਾਂਗੇ? ਪੈਸੇ ਲਾਵਾਂਗੇ ਕੋਲੋਂ ਅਤੇ ਲਵਾਂਗੇ ਉਦੋਂ ਜਦੋਂ ਵੀਜ਼ਾ ਲੱਗੇਗਾ। ਕਿਆ ਬਾਤ ਆ ਜੀ! ਜੇਕਰ ਕਿਸੇ ਨੇ ਅੱਜ ਕੈਨੇਡਾ ਜਾਣਾ, ਉਹਨੇ ਕਾਲਜ ਦੀ ਫੀਸ ਸਾਨੂੰ ਨਹੀਂ ਦੇਣੀ ਐਡਵਾਂਸ, ਉਹਨੇ ਕਾਲਜ ਦੀ ਆਫਰ ਲੈਟਰ ਦੀ ਫੀਸ ਨਹੀਂ ਦੇਣੀ, ਉਹਨੇ ਐਪਲੀਕੇਸ਼ਨ ਫੀਸ ਨਹੀਂ ਦੇਣੀ, ਤੁਸੀਂ ਇੱਥੇ ਤੱਕ ਕਿ ਅੰਬੈਸੀ ਦੀ ਫੀਸ ਵੀ ਨਹੀਂ ਦੇਣੀ। ਅਸੀਂ ਪੈਸੇ ਦੇ ਹੱਕਦਾਰ ਉਦੋਂ ਹੋਵਾਂਗੇ ਜੇ ਤੁਹਾਡਾ ਵੀਜ਼ਾ ਲੱਗੇਗਾ। ਇਹ ਕਾਰੋਬਾਰ ਹੈ ਦੋਸਤੋ, ਅਸੀਂ ਕਾਰੋਬਾਰ ਕਰਦੇ ਹਾਂ, ਕਾਰੋਬਾਰ ਦੇ ਵਿੱਚ ਪ੍ਰੋਫਿਟ ਵੀ ਹੁੰਦਾ, ਲੋਸ ਵੀ ਹੁੰਦਾ। ਜੇਕਰ ਕੋਈ ਏਜੰਟ ਤੁਹਾਡੇ ਕੇਸ ਦੇ ਉੱਤੇ 10-20-50 ਹਜ਼ਾਰ ਰੁਪਏ ਕੋਲੋਂ ਨਹੀਂ ਲਾ ਸਕਦਾ ਤਾਂ ਉਹਨੂੰ ਤੁਹਾਡੇ ਕੋਲੋਂ ਪ੍ਰੋਸੈਸਿੰਗ ਫੀਸ ਲੈਣ ਦਾ ਕੋਈ ਅਧਿਕਾਰ ਨਹੀਂ ਹੈਗਾ। ਅਸੀਂ ਆਪਣੇ ਕੋਲੋਂ ਪੈਸੇ ਲਵਾਂਗੇ, ਤੁਹਾਡੇ ਕੋਲੋਂ ਪੈਸੇ ਉਦੋਂ ਲਵਾਂਗੇ ਵੀਜ਼ਾ ਲੱਗੇਗਾ। ਕਿਉਂ ਇਹ ਰੱਖਦੇ ਹਾਂ ਇੱਦਾਂ, ਕਿਉਂ ਇਹ ਚੀਜ਼ ਲਿਆ ਕੇ ਆਏ ਆ? ਬੱਚਿਆਂ ਦਾ ਵਿਸ਼ਵਾਸ ਜਿੱਤਣ ਵਾਸਤੇ ਤੁਹਾਨੂੰ ਕੁਛ ਅਲੱਗ ਕਰਨਾ ਪੈਂਦਾ। ਇਹ ਵਪਾਰ ਹੈ, ਵਪਾਰ ਦੇ ਵਿੱਚ ਜਿੰਨੀ ਵਧੀਆ ਅਸੀਂ ਸਰਵਿਸ ਕਿਸੇ ਨੂੰ ਦੇਵਾਂਗੇ ਉਨਾ ਹੀ ਵਧੀਆ ਸਾਡਾ ਕਾਰੋਬਾਰ ਚੱਲੇਗਾ। ਤੁਸੀਂ ਸਾਨੂੰ ਐਪਲੀਕੇਸ਼ਨ ਫੀਸ ਨਹੀਂ ਦੇਣੀ, ਤੁਸੀਂ ਅੰਬੈਸੀ ਫੀਸ ਨਹੀਂ ਦੇਣੀ, ਤੁਸੀਂ ਨਵਾਂ ਰੁਪਈਆ ਨਹੀਂ ਦੇਣਾ। ਕਿਆ ਬਾਤ! ਕੈਨੇਡਾ ਜਾਣਾ ਨਾ ਤਾਂ 2-2.5 ਲੱਖ ਰੁਪਇਆ ਨੁਕਸਾਨ ਹੁੰਦਾ, ਰੁਪਈਆ 12-15 ਲੱਖ ਭੇਜਣਾ ਪੈਂਦਾ ਉੱਥੇ, ਅਤੇ ਅਸੀਂ ਲੈਣੇ ਹੀ ਬਾਅਦ 'ਚੋਂ ਹੈ। ਅਸੀਂ ਅੰਬੈਸੀ ਫੀਸ ਵੀ ਕੋਲੋਂ ਲਾ ਦੇਣੀ। ਕਿਆ ਬਾਤ! ਕਿਉਂ ਲਾ ਦੇਣੀ? ਸਾਨੂੰ ਪਤਾ ਸੀ ਵੀਜ਼ਾ ਲੈਣਾ, ਅਤੇ ਜਦੋਂ ਕਿਸੇ ਇਨਸਾਨ ਨੇ ਤੁਹਾਡੇ ਕੋਲ ਪੈਸਾ ਨਹੀਂ ਲੈਣਾ ਦੋਸਤੋ, ਤਾਂ ਇਹ ਤੋਂ ਵਧੀਆ ਹੋਰ ਕੋਈ ਸਰਵਿਸ ਹੋ ਨਹੀਂ ਸਕਦੀ। ਮੈਂ ਨਹੀਂ ਕਹਿੰਦਾ ਅਸੀਂ ਉਹੀ ਕੰਮ ਕਰਦੇ ਹਾਂ, ਤੁਹਾਨੂੰ ਹੋਰ ਕੋਈ ਏਜੰਟ ਲੱਭਦਾ ਜਿਹੜਾ ਇਹ ਸਰਵਿਸ ਦਿੰਦਾ ਤਾਂ ਜ਼ਰੂਰ ਉੱਥੇ ਜਾਓ, ਘੱਟੋ ਘੱਟ ਤੁਹਾਡਾ ਨੁਕਸਾਨ ਨਾ ਹੋਵੇ। ਅਸੀਂ ਨਵੇਂ ਸਾਲ ਦਾ ਤੋਹਫਾ ਲੈ ਕੇ ਆਏ ਹਾਂ ਅਤੇ ਪੂਰੇ ਦੇ ਪੂਰੇ ਸਾਲ 2017 ਇਹ ਸਰਵਿਸ ਕੰਟੀਨਿਊ ਰਹੇਗੀ। ਵਿਨੇ ਹਰੀ ਜੀ, ਮੈਨੂੰ ਅੱਜ ਤੁਹਾਡੀਆਂ ਗੱਲਾਂ ਸੁਣ ਕੇ ਲੱਗਦਾ ਕਿ ਸਾਨੂੰ ਪ੍ਰੋਗਰਾਮ ਦਾ ਨਾਂ ਬਦਲ ਦੇਣਾ ਚਾਹੀਦਾ, ਕਿਉਂਕਿ ਜਿਹੜੀ ਤੁਸੀਂ ਆਫਰ ਦਿੱਤੀ ਆ ਇਹਦੇ ਨਾਲ ਪ੍ਰੋਗਰਾਮ ਦਾ ਨਾਂ ਰੱਖਣਾ ਚਾਹੀਦਾ ਕਿ ਲਾਗੀਆਂ ਮੌਜ ਬਹਾਰਾਂ ਆ ਗਿਆ 2017 ਤਾਂ 2017 ਦਾ ਤੁਸੀਂ ਬਹੁਤ ਹੀ ਵਧੀਆ ਗੱਫਾ ਜਿਹੜਾ ਸਟੂਡੈਂਟ ਨੂੰ ਦਿੱਤਾ। ਕਈ ਤਰ੍ਹਾਂ ਦੀ ਨੋਟਬੰਦੀ ਨੂੰ ਲੈ ਕੇ ਲੋਕਾਂ ਨੂੰ ਪ੍ਰੋਬਲਮ ਸੀ, ਲੋਕਾਂ ਕੋਲ ਕੈਸ਼ ਨਹੀਂ ਹੈਗਾ, ਅਸੀਂ ਲੈਣੇ ਹੀ ਨਹੀਂ ਪੈਸੇ। ਕਿਆ ਬਾਤ! ਅਸੀਂ ਪੈਸੇ ਲਵਾਂਗੇ ਉਦੋਂ ਜਦੋਂ ਵੀਜ਼ਾ ਲੱਗੇ। ਅੱਛਾ ਵਿਨਰ ਜੀ, ਮੈਨੂੰ ਦੱਸੋ ਕਿ
मतलब ये जड़े बच्चे मतलब उन्हें कई चीज़ों की मतलब सोच होंगी है कि साडा जी असी स्पोर्ट्स वीजा भी ले सक जा सकते कि नहीं जां मतलब जे असी जाना तो साढ़े बैंड किन्ने होने चाहिए आ जां साड़ी बहुत तरह दी शर्तां होंदी। हाँ जी हाँ जी जो असी केस अपलाई करना वा अंबैसी बहुत तरह दी शर्तां मंगदे आ कॉलेज यूनीवर्सिटी ने कुछ पैरामीटर रखे आ रिक्वायरमेंट्स होंदियां टर्म कंडीशन रूल रेगुलेशन होंदे आ सानूं पूरे करने पैंदे जी। सब तो पहली जी डिमांड की जाती है चंगे नंबर की जाती है बच्चे दे पढ़ाई दे विच घट्टो घट 60% नंबर होने चाहिए जिन्हें कनेडा जाना जो नलायक बच्चा अक्सर उन्होंने वीजे रिफ्यूज हो जाते जी। आयल्स दे विच तुहाडे घट्टो घट 6-6.5 बैंड होने चाहिए है जेकर तुसी बैचलर डिग्री या मास्टर डिग्री दाखला लेना जे डिप्लोमे दाखला लेना तो 6 बैंड चाहिए जो अंग्रेजी पढ़न जाना तो फिर 0 बैंड चाहिए है तुसी 5-5.5 बैंड के भी कनेडा जा सकते हो। 5-5.5 बैंड वाले बच्चों को पहले अंग्रेजी पढ़नी पैंदी है लोगों को नहीं सी समझ लगती कि अंग्रेजी च भी वीजा आ जाता वा जिदा चाइना रशिया बाहरले मुल्कां दे दुबई की गल कर लीए इन्हां कंट्रियां दे विचों बच्चे अंग्रेजी पढ़न जाते हैं उदा ही बच्चा पंजाब चो भी अंग्रेजी पढ़न जाता वा तुहाडे बैंड नहीं आ रहे तुसी 3-4 बारी पेपर दे चुके हो 5-5.5 बैंड ते आके टिक जांदा तुसी 5.5 बैंड दे नाल भी कनेडा जा सकते हो। तुहाडी पढ़ाई च 5 साल का गैप हैगा तुसी ओह गैप दीआं सारीआं कंडीशनां दस के भी कनेडा जा सकते हो। पैसे जिहड़े लिते जाणगे ओह वीज़ा लगन तो बाद लिते जाणगे शर्तां बहुतियां जरूरी हैगियां कि तुहाडे चंगे नंबर होने चाहिए है चंगे नंबर हैगे है तुसीं कनेडा चले जाओगे कल्ले भी चले जाओगे स्पाउस नाल भी चले जाओगे स्पाउस ते वह लोग जाते हैं जिन्हां दे ब्याह असली है तुहाडे नाल शैलर आंदा कोई तुहाडे नाल कोई फैक्टरी है जां तुहाडे कोल 50-100 किले जमीन हैगी है तो तुसीं भी कनेडा स्पाउस वीज़ा ते जा सकते हो जे इत्थे मेहनत मजदूरी करदे हो रोटी जो गई और सोचते हो किसी ना ब्याह करा के बाहर चल जाओगे इदा के स्पाउस वीजे नहीं लगते जोड़े लोग सरमाएदार ने जिन्हों को पैसे ने जिन्हों के कारोबार वधिया वै उन्हों लोगों के स्पाउस वीजे जरूर लगते। बहुत वधिया जी तुसी तां अपने एक पूरी लड़ी बन दी है हर एक डाउट तुसी क्लीयर करता पर मैं तुम्हें पूछना चाहवागा विनय हरी जी कि इस जिहड़े हुण बंदे तुहाडी ऑफर सुनी है ना उन्हें पहले टैची पैक करने आपां तां कनेडा दा जहाज फड़ीए ते चलीए ते मैं तुहाडे कोल पुछना चाहूंगा किन्ना कु लंबा प्रोसैस आ ते किन्ना कु टाइम लग सकदा इहनूं। देखो जदों भी कोई कारोबार करदे आ टाइम लगदा उहदे च सानूं पहलां दाखला कराउणा पैणा 15-20 दिन महीना लग जांदा दाखला कराउण नूं जी उस तों बाद 15-20 दिन अंबैसी लैंदी है सारा काम तुहाडा 2 महीने च खत्म हो जाणा। सानूं तुहाडे कोलों 3 चीज़ां चाहीदियां तुहाडा मैडिकल क्लीयर होना चाहीदा तुहाडे कोल 10-15 लाख रुपये दे फंड होने चाहीदे आ और तुसी चंगे नंबरां नाल पास होने चाहिए हो तुहाडे कोल ये 3 चीज़ां हैगियां तुसी घट बैंड ते भी चले जाओगे तुहाडा 2-4-5 साल का गैप है तां भी चले जाओगे। असी भी अंबैसी दीआं फीसां लैंदे सी 2016 च असी बच्चियां नूं वखरे तरीके नाल नवीं चीज़ देना चाहते हैं नवा तोहफा देना चाहते हैं तां जो असी भी ये कारोबार वधाईए असी भी अपने स्टूडेंट नूं वधिया सर्विस देईए ते उहदा इक्को ही तरीका सीगा कि असी किसे कोलों पैसे ना लईए असी पैसे ला दईए कोलों ता जो बच्चा वधिया तरीके नाल अपने सपने पूरे कर सके जाके। अच्छा विनय हरी जी मेरे दिमाग च एक क्वेश्चन बड़ी देर तो घूम रहा है कि बच्चे फ्री ऑफर भी देख ली तुहाडी तुहाडे को पहुँचणगे भी पर इक्को ही दिमाग डर हुंदा कि वीज़ा रिफ्यूज़ वीरा वीज़ा रिफ्यूज़ मतलब ये उन्होंने दिमाग च ना एक फीयर जहा बैठ चुका ठीक है और कई रिफ्यूज़ होए भी होंगे वो भी आते भी उत्थे जाना यार फ्री ऑफर हैगी पता नहीं जाते रिफ्यूज़ ही हो जाना तुम ये बारे इन्होंने जरा चानना पाओ बच्चों कि वीज़ा रिफ्यूज़ होंदा क्यों जिथे तक गल हैगी रिफ्यूजल होंगी जो भी कोई बंदा कारोबार करता फायदे लिए करता नुकसान लिए नहीं करता जी सारे नु पता वा कि कनेडा का जो केस अपलाई होना तो $100-200 एप्लीकेशन फीस कॉलेज ने लैनी है जो कि 15,000 रुपया बनता बिल्कुल जी 15,000 रुपये एप्लीकेशन फीस लगनी लगनी थोड़ी तो 12-15 लाख रुपया कनेडा भेजना ही पैना तो जे वीज़ा रिफ्यूज़ होके आया तो 1-1.5 लाख रुपया कट गया 10,000 रुपया अंबैसी की फीस जानी जानी है रुपया 20-25 हज़ार एजेंट ने लैना ही लैना तो जिदा तो लग गया उन्होंने तो बड़िया खुशियां मिलती हैं जिदा रिफ्यूज होंगे उन्होंने 2-2.5 लाख रुपये का नुकसान हो जाता असी लाले कोलों है सारे असी तुहाडे कोलों पैसा मंगते ही कोई नहीं तो फिर तो बच्चे अपलाई करना चाहिए जिथे तक गल जनवरी सैशन की सी बच्चों के वीजे ज़्यादातर रिफ्यूज़ होए क्यों होए क्योंकि आस्ट्रेलिया भी बंद है न्यूजीलैंड भी बंद है अज अमरीका भी बहुत वधिया वीज़ा नहीं सी दे रहा 2016 जिदे चलते हुए सारे बच्चों का रुझान कनेडा नूं हो गया कनेडा जिथे एक सैशन के एक इनटेक 10,000 बच्चा जाता सी उत्थे जनवरी सुनिया वा कि 20-25 हज़ार बच्चे ने वीज़ा अपलाई करता जिदे करके रश होण करके ज़्यादातर बच्चों के वीज़े रिफ्यूज़ होए जिन्हां दे कोर्स रेलेवेंट नहीं सी जिन्हां दे नंबर थोड़े सी बहुत सारे बच्चों के वीज़े रिफ्यूज़ होए
ਜਿਨ੍ਹਾਂ ਦੇ ਵੀਜ਼ੇ ਰਿਫਿਊਜ਼ ਹੋਏ ਆ ਉਹ ਵੀ ਬੱਚੇ ਮਾਯੂਸ ਨਾ ਹੋਣ, ਸਾਡੇ ਕੋਲ ਆਓ ਆਪਣੇ ਕਾਗਜ਼ ਲੈ ਕੇ, ਅਸੀਂ ਤੁਹਾਡੀ ਮੈਸੀ ਫੀਸ ਵੀ ਕੋਲੋਂ ਉਤਾਰਾਂਗੇ, ਅਸੀਂ ਤੁਹਾਡਾ ਦਾਖਲਾ ਵੀ ਆਪਣੇ ਕੋਲੋਂ ਕਰਾਵਾਂਗੇ, ਅਸੀਂ ਤੁਹਾਡੇ ਕੋਲੋਂ ਪੈਸੇ ਉਦੋਂ ਲਵਾਂਗੇ ਜਦੋਂ ਤੁਹਾਡਾ ਵੀਜ਼ਾ ਲੱਗੇ। ਵਿਨੇ ਹਰੀ ਜੀ, ਸਟੂਡੈਂਟ ਜਿਹੜੇ ਤੁਹਾਨੂੰ ਟੀ ਵੀ 'ਤੇ ਬਹੁਤ ਦੇਖਦੇ ਨੇ, ਤੁਹਾਡੀਆਂ ਗੱਲਾਂ ਬੜੀਆਂ ਅੱਛੀਆਂ ਲੱਗਦੀਆਂ, ਫੇਸਬੁੱਕ 'ਤੇ ਵਟਸਐਪ 'ਤੇ ਤੁਹਾਨੂੰ ਬਹੁਤ ਦੇਖਦੇ ਨੇ, ਉਹਨਾਂ ਨੂੰ ਲੱਗਦਾ ਰਹਿੰਦਾ ਕਿ ਬਿਲਕੁਲ ਸਾਡੇ ਰੂਬਰੂ ਨੇ, ਪਰ ਆਮ ਤੌਰ 'ਤੇ ਇਹਨਾਂ ਦੀ ਸ਼ਿਕਾਇਤ ਹੈ ਕਿ ਜਦੋਂ ਵੀ ਦਫ਼ਤਰ ਜਾਈਏ ਮਿਲਦੇ ਨਹੀਂ, ਠੀਕ ਨਹੀਂ, ਆਪ ਤਾਂ ਮਿਲਦੇ ਨਹੀਂ ਕਿਉਂਕਿ ਤੁਹਾਡੇ ਨਾਲ ਮਿਲ ਕੇ ਉਹਨਾਂ ਨੂੰ ਤਸੱਲੀ ਹੋਣੀ ਹੈ। ਤੁਹਾਨੂੰ ਕਿੱਥੇ ਮਿਲਿਆ ਜਾ ਸਕਦਾ ਅਤੇ ਕਦੋਂ ਮਿਲਿਆ ਜਾ ਸਕਦਾ? ਹਰ ਸੋਮਵਾਰ ਨੂੰ ਮੈਂ ਜਲੰਧਰ ਦਫ਼ਤਰ 'ਚ ਹੁੰਦਾ, ਜਲੰਧਰ PMC ਚੌਂਕ ਦਫ਼ਤਰ ਹੈ ਜੀ। ਹਰ ਸੋਮਵਾਰ ਨੂੰ ਮੈਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਜਲੰਧਰ ਦਫ਼ਤਰ 'ਚ ਹੁੰਦਾ। Sector 17 ਚੰਡੀਗੜ੍ਹ ਸਟੂਡੈਂਟ ਆ ਕੇ ਸਾਨੂੰ ਜਾਣਕਾਰੀ ਲੈ ਸਕਦਾ, ਜਾਂ ਅੰਮ੍ਰਿਤਸਰ ਸਿਟੀ ਸੈਂਟਰ ਮਾਰਕੀਟ ਦੇ ਸਾਡਾ ਦਫ਼ਤਰ ਹੈ ਬੱਸ ਸਟੈਂਡ ਦੇ ਕੋਲ, ਉੱਥੇ ਬੱਚਾ ਆ ਸਕਦਾ। ਐਡਵਾਈਜ਼ੇਬਲ ਇਹ ਹੈਗਾ ਕਿ ਜਿਹੜੇ ਵੀ ਬੱਚੇ ਦਾ ਵੀਜ਼ਾ ਰਿਫਿਊਜ਼ ਹੋਇਆ ਉਹ ਸਾਡੇ ਨਾਲ ਜੁੜਿਆ ਹੋਇਆ ਵਾ ਕਿਸੇ ਨਾ ਕਿਸੇ ਤਰੀਕੇ ਨਾਲ, ਫੇਸਬੁੱਕ ਦੇ ਉੱਤੇ, ਵਟਸਐਪ 'ਤੇ, ਆਪਣੀ ਇੱਕ ਅਪੁਆਇੰਟਮੈਂਟ ਫਿਕਸ ਕਰਾਓ, ਚੈੱਕ ਕਰੋ ਮੈਂ ਕਿੱਥੇ ਅਵੇਲੇਬਲ ਹੈਗਾ, ਮੈਨੂੰ ਆਪਣੇ ਕਾਗਜ਼ ਦਿਖਾਓ ਲਿਆ ਕੇ, ਤੁਹਾਨੂੰ ਮੌਕੇ 'ਤੇ ਦੱਸ ਦੂੰਗਾ ਤੁਹਾਡਾ ਵੀਜ਼ਾ ਲੱਗਣਾ ਜਾਂ ਤੁਹਾਡਾ ਵੀਜ਼ਾ ਨਹੀਂ ਲੱਗਣਾ। ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਸੈਸਿੰਗ ਫੀਸ ਨਹੀਂ ਲਿੱਤੀ ਜਾਏਗੀ ਤੁਹਾਡੇ ਕੋਲ ਐਡਵਾਂਸ, ਤੁਹਾਡੇ ਪੈਸੇ ਅਸੀਂ ਉਦੋਂ ਲਵਾਂਗੇ ਜਦੋਂ ਤੁਹਾਡਾ ਵੀਜ਼ਾ ਲੱਗੇਗਾ। ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੇ ਕਿਸੇ ਵੀ ਦਫ਼ਤਰ 'ਚ ਆ ਕੇ ਅਪੁਆਇੰਟਮੈਂਟ ਲੈ ਸਕਦੇ ਜੇ, ਮੈਨੂੰ ਮਿਲ ਸਕਦੇ ਜੇ, ਮੇਰੀ ਟੀਮ ਨੂੰ ਮਿਲ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਜੀ। ਠੀਕ ਹੈ, ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵਿਨੇ ਹਰੀ ਜੀ, ਤੁਸੀਂ ਸਾਨੂੰ ਆਪਣਾ ਆਪਣੇ ਦਫ਼ਤਰ ਵਿੱਚ ਕੀਮਤੀ ਸਮਾਂ ਦਿੱਤਾ। ਠੀਕ ਹੈ, ਅਤੇ ਮੇਰੇ ਖਿਆਲ ਹੈ ਕਿ ਸਟੂਡੈਂਟਸ ਦਾ ਸਾਰਿਆਂ ਦੇ ਜਿਹੜੇ ਡਾਊਟ ਨੇ ਕਲੀਅਰ ਹੋ ਗਏ ਹੋਣਗੇ, ਔਰ ਤੁਹਾਡੀ ਲੋਕੇਸ਼ਨ ਵੀ ਪਤਾ ਲੱਗ ਗਈ ਕਿਹੜੇ ਟਾਈਮ 'ਤੇ ਕਿੱਥੇ ਤੁਸੀਂ ਮਿਲ ਸਕਦੇ ਹੋ, ਕਿਹੜੇ ਸ਼ਹਿਰ 'ਚ ਮਿਲ ਸਕਦੇ ਹੋ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਧੰਨਵਾਦ।